ਮਿਹਨਤ ਲਗਨ ਤੇ ਸੁਪਨਿਆਂ ਦੀ ਕਹਾਣੀ। ਮਾਪਿਆਂ ਦੀ ਲਾਡਲੀ ਧੀ ਨੇ ਛੂਹਿਆ ਬੁਲੰਦੀਆਂ। ਬਚਪਨ ਤੋਂ ਦੇਖੇ ਸੁਪਨੇ ਨੂੰ ਕੀਤਾ ਪੂਰਾ, ਫੌਜ ਦੇ ਵਿੱਚ ਬਣੀ ਲੈਫਟੀਨੈਂਟ। ਲੈਫਟੀਨੈਂਟ ਵਜੋਂ ਭਾਰਤੀ ਫੌਜ ਦੇ ਵਿੱਚ ਮੈਡੀਕਲ ਕੋਰ ਦੇ ਵਿੱਚ ਸ਼ਾਮਲ ਹੋਵੇਗੀ। ਮਿਹਨਤ ਦੇ ਨਾਲ ਮਾਪਿਆਂ ਤੇ ਜ਼ਿਲ੍ਹੇ ਦਾ ਨਾਮ ਕੀਤਾ ਰੌਸ਼ਨ। ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਧੀ ਦੀ ਮਿਹਨਤ ਲਗਨ ਤੇ ਸੁਪਨੇ ਦੀ ਕਹਾਣੀ। ਕਹਾਣੀ ਸੁਣ ਕੇ ਤੁਹਾਨੂੰ ਵੀ ਧੀ ਤੇ ਹੋਵੇਗਾ ਮਾਣ। ਜਸਮੀਤ ਕੌਰ, ਜਿਹੜੀ ਕਿ MNS 2024 ਦੀ ਪ੍ਰੀਖਿਆ ਦੇ ਵਿੱਚ ਪੇਪਰ ਦਿੰਦੀ ਹੈ, MNS 2024 ਦੀ ਪ੍ਰੀਖਿਆ ਨੂੰ ਪਾਸ ਕਰ ਲੈਂਦੀ ਹੈ ਤੇ ਭਾਰਤੀ ਫੌਜ 'ਚ ਲੈਫਟੀਨੈਂਟ ਬਣਦੀ ਹੈ। ਜਸਮੀਤ ਕੌਰ ਭਾਰਤੀ ਫੌਜ 'ਚ ਲੈਫਟੀਨੈਂਟ ਵਜੋਂ ਮੈਡੀਕਲ ਕੋਰ ਦੇ ਵਿੱਚ ਸ਼ਾਮਲ ਹੋਈ ਹੈ। ਜਸਮੀਤ ਕੌਰ, ਜੋ ਕਿ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਡਾਲੋਗਰਾ ਨਾਮ ਦੇ ਪਿੰਡ ਦੀ ਰਹਿਣ ਵਾਲੀ ਹੈ, ਜਿਸ ਦੇ ਪਿਤਾ ਆਟਾ ਚੱਕੀ ਚਲਾਉਂਦੇ ਨੇ। ਜਸਮੀਤ ਨੇ ਰਾਜੌਰੀ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ। ਉਸ ਤੋਂ ਬਾਅਦ ਜਸਮੀਤ ਅੰਮ੍ਰਿਤਸਰ ਤੋਂ ਆਪਣੀ BSc ਨਰਸਿੰਗ ਦੀ ਪੜ੍ਹਾਈ ਕਰਦੀ ਹੈ। BSc ਨਰਸਿੰਗ ਦੀ ਪੜ੍ਹਾਈ ਤੋਂ ਬਾਅਦ ਜਸਮੀਤ ਨੇ MNS ਦੀ ਪ੍ਰੀਖਿਆ ਦਿੱਤੀ ਤੇ ਪ੍ਰੀਖਿਆ ਨੂੰ ਪਾਸ ਕੀਤਾ। ਹੁਣ ਜਸਮੀਤ ਫੌਜ ਦੇ ਵਿੱਚ ਆਪਣਾ ਸਫ਼ਰ ਸ਼ੁਰੂ ਕਰੇਗੀ। ਜਸਮੀਤ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਉਹ ਆਪਣੇ ਪੈਰਾਂ 'ਤੇ ਖੜੀ ਹੋਵੇਗੀ, ਬੁਲੰਦੀਆਂ ਨੂੰ ਛੂਹੇਗੀ, ਫੌਜ ਦੇ ਵਿੱਚ ਜਾਵੇਗੀ। ਇਸੇ ਸੁਪਨੇ ਦੇ ਚੱਲਦੇ ਜਸਮੀਤ ਨੇ ਬਹੁਤ ਮਿਹਨਤ ਕੀਤੀ, ਸੰਘਰਸ਼ ਕੀਤਾ, ਜਿਸ ਤੋਂ ਬਾਅਦ ਜਸਮੀਤ ਦੀ ਮਿਹਨਤ ਰੰਗ ਲਿਆਈ। ਜਸਮੀਤ ਫੌਜ ਦੇ ਵਿੱਚ ਲੈਫਟੀਨੈਂਟ ਵਜੋਂ ਚੁਣੀ ਗਈ। ਜਸਮੀਤ ਦੇ ਇਸ ਸਫ਼ਰ ਦੇ ਵਿੱਚ ਜਿੰਨੀ ਮਿਹਨਤ ਜਸਮੀਤ ਦੀ ਹੈ, ਉਨੀ ਹੀ ਉਸਦੇ ਮਾਤਾ ਪਿਤਾ ਦੀ ਹੈ, ਕਿਉਂਕਿ ਜਦੋਂ ਵੀ ਜਸਮੀਤ ਨੇ ਕਿਤੇ ਦੂਰ ਦੁਰਾਡੇ ਪੇਪਰ ਦੇਣ ਜਾਣਾ ਸੀ ਤਾਂ ਹਮੇਸ਼ਾ ਜਸਮੀਤ ਦੀ ਮਾਤਾ ਉਸਦੇ ਨਾਲ ਜਾਂਦੀ ਸੀ। ਪਿਤਾ ਘਰ ਦੇ ਵਿੱਚ ਰਹਿ ਕੇ ਆਪਣਾ ਕਾਰੋਬਾਰ ਚਲਾਉਂਦੇ ਸਨ। ਆਟਾ ਚੱਕੀ ਚਲਾਉਣ ਦੇ ਬਾਵਜੂਦ ਵੀ ਜਸਮੀਤ ਦੇ ਪਿਤਾ ਨੇ ਕਦੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ। ਮਾਪਿਆਂ ਦੀਆਂ ਦੁਆਵਾਂ, ਮਾਪਿਆਂ ਦੇ ਸੰਘਰਸ਼ ਅਤੇ ਜਸਮੀਤ ਦੀ ਮਿਹਨਤ ਨੂੰ ਬੂਰ ਪਿਆ ਅਤੇ ਜਸਮੀਤ ਅੱਜ ਭਾਰਤੀ ਫੌਜ ਦੇ ਵਿੱਚ ਭਰਤੀ ਹੋ ਗਈ ਹੈ। ਸਾਡਾ ਇਸ ਕਹਾਣੀ ਨੂੰ ਸਾਂਝੇ ਕਰਨ ਦਾ ਮਕਸਦ ਇਹ ਸੀ ਕਿ ਕੋਈ ਵੀ ਇਨਸਾਨ ਜਦੋਂ ਮਿਹਨਤ ਕਰਦਾ ਤਾਂ ਉਸਦੀ ਮਿਹਨਤ ਨੂੰ ਰੰਗ ਜ਼ਰੂਰ ਪੈਂਦਾ। ਹੋ ਸਕਦਾ ਸਮਾਂ ਜ਼ਿਆਦਾ ਲੱਗ ਜਾਵੇ, ਪਰ ਮਿਹਨਤ ਨੂੰ ਮੁੱਲ ਆ ਜਿਹੜਾ ਉਹ ਜ਼ਰੂਰ ਮਿਲਦਾ। ਜਸਮੀਤ ਵੀ ਹੋਰਾਂ ਲਈ ਮਿਸਾਲ ਬਣ ਸਕਦੀ ਹੈ ਜੇ ਕੋਈ ਵੀ ਇਸ ਸਟੋਰੀ ਨੂੰ ਦੇਖ ਰਿਹਾ ਹੋਵੇਗਾ। ਸੋ ਵੱਧ ਤੋਂ ਵੱਧ ਇਸ ਸਟੋਰੀ ਨੂੰ ਅੱਗੇ ਸ਼ੇਅਰ ਕੀਤਾ ਜਾਵੇ ਤਾਂ ਜੋ ਹੋਰ ਲੋਕ ਨੇ ਜਿਹੜੇ ਉਹ ਵੀ ਮਿਹਨਤ ਵੱਲ ਆਪਣਾ ਰੁੱਖ ਕਰ ਸਕਣ। ਮੈਨੇ MNS ਕਾ ਇਗਜ਼ਾਮ ਦਿਆ ਥਾ ਜਨਵਰੀ 2024 ਮੇਂ, ਤੋ ਉਸਕੇ ਬਾਅਦ ਮੇਰਾ CBT ਕਲੀਅਰ ਹੋ ਗਿਆ ਥਾ। ਦੈਨ ਉਸਕੇ ਬਾਅਦ ਮੇਰਾ ਜੋ ਇੰਟਰਵਿਊ ਹੈ ਔਰ ਮੈਡੀਕਲ ਹੈ ਵੋ ਮਾਰਚ ਮੇਂ ਹੁਆ ਥਾ। ਦੈਨ ਮੁਝੇ ਕੱਲ੍ਹ ਮੇਲ ਆਈ ਹੈ ਜਿਸਮੇਂ ਮੈਂ ਸਕਸੈਸਫੁਲੀ ਜੋ ਹੈ ਮੈਨੇ ਯੇ ਇਗਜ਼ਾਮ ਪਾਸ ਆਊਟ ਕਰ ਲਿਆ। ਬਹੁਤ ਅੱਛਾ ਫੀਲ ਹੋ ਰਿਹਾ ਔਰ ਬਹੁਤ ਹੀ ਸੈਟਿਸਫਾਈਡ ਹੂੰ। ਮੈਂ ਯਹੀ ਬੋਲਣਾ ਚਾਹਤੀ ਹੂੰ ਕਿ ਸਬਸੇ ਪਹਿਲੀ ਬਾਤ ਹੈ ਕਿ ਆਪ ਸੈਲਫ ਮੋਟੀਵੇਟਿਡ ਰਹੀਏ, ਸੈਲਫ ਟਰਸਟ ਔਰ ਸੈਲਫ ਮੋਟੀਵੇਸ਼ਨ ਮਸਟ ਹੈ, ਕਿਉਂਕਿ ਅਗਰ ਆਪਕੋ ਖੁਦ ਨਹੀਂ ਲਗੇਗਾ ਕਿ ਆਪ ਕੁਛ ਕਰ ਸਕਤੇ ਹੋ ਦੈਨ ਨੋ ਬੋਡੀ ਕੈਨ ਡੂ ਐਨੀਥਿੰਗ ਫੋਰ ਯੂ। ਤੋ ਸਬਸੇ ਪਹਿਲੇ ਵੋ ਚੀਜ਼ ਆਪਣੇ ਅੰਦਰ ਬਿਲਡ ਕੀਜੀਏ। ਹਾਰਡਵਰਕ ਔਰ ਪੇਸ਼ੈਂਸ ਦੋਨੋਂ ਬਹੁਤ ਇੰਪੋਰਟੈਂਟ ਹੈ ਕਿਸੀ ਵੀ ਜਰਨੀ ਮੈਂ, ਤੋ ਵੋ ਦੋਨੋਂ ਆਪਣੇ ਅੰਦਰ ਡੈਵਲਪ ਕੀਜੀਏ ਤੋ ਆਟੋਮੈਟਿਕਲੀ ਸਕਸੈਸ ਮਿਲ ਜਾਏਗੀ ਇੱਕ ਦਿਨ। ਪੇਰੈਂਟਸ ਕੀ ਸਪੋਰਟ ਤੋ ਰਹੀ, ਹਰ ਇੱਕ ਬੱਚੇ ਕੇ ਸਾਥ ਪੇਰੈਂਟਸ ਕੀ ਸਪੋਰਟ ਤੋ ਹੋਤੀ ਹੈ ਤਭੀ ਜੋ ਬੱਚਾ ਹੈ ਵੋ ਆਗੇ ਸਕਸੈਸਫੁਲ ਹੋ ਪਾਤਾ ਹੈ। ਤੋ ਮੇਰੇ ਸਾਥ ਵੀ ਐਸੇ ਹੀ ਥਾ ਕਿ ਮੇਰੇ ਕੋ ਪੇਰੈਂਟਸ ਕੀ ਬਹੁਤ ਸਪੋਰਟ ਰਹੀ ਔਰ ਮੋਟੀਵੇਟਿਡ ਰਹੀ, ਉਨਕੋ ਵੀ ਟਰਸਟ ਥਾ ਕਿ ਹਾਂ ਕਰ ਲੇਗੀ ਤੂੰ, ਕਰ ਸਕਤੀ ਹੈ। ਤੋ ਸ਼ੁਰੂ ਸੇ ਹੀ ਇਸਕਾ ਥਾ ਕਿ ਸ਼ੌਕ, ਸ਼ੁਰੂ ਸੇ ਹੀ BIP ਥੀ
मतलब हर जैसे मुझे जाने जाना आर्मी में जाना, कुछ बनना है मम्मा, कुछ बनना है। तो इसके पापा ने ज़्यादा सपोर्ट किया, पापा ने बहुत मेहनत करी है, दिन रात वो काम करते थे। कई बार हमारी झगड़ा भी हो जाता भाई इतना काम एक्स्ट्रा नहीं करो, पर इन्होंने बहुत बहुत मेहनत की है। 18-20 घंटे काम करना है और सिर्फ 2 घंटे इन्होंने आराम करना है, 2-3 घंटे। इस तरीके से बच्चों को कोई कमी नहीं इन्होंने दी। और बाहर जब जाना होता था इनको लाना छोड़ना, कहीं दिल्ली एग्ज़ाम हुआ इसका तो साथ में मैंने जाना, पापा बस इधर काम कुम करके तो पैसे कमाते थे, उसके बाद मुझे ही जाना था इनके पास। बोलते थे पैसे कोई कोई परवाह नहीं करना, जहाँ बच्चे जाते हैं वहीं ले जाओ, इनको पढ़ना है पढ़ना है, पढ़ाना है बच्चों को। तो मेरा यही संदेश है सब माँ बाप से कि बेटियों को पढ़ाना चाहिए, मेहनत करनी चाहिए। जैसे हम बेटे को देखते हैं बेटे को पीछे करो, बेटियों को आगे करना चाहिए, बेटियों को ज़्यादा ध्यान रखना चाहिए। काफ़ी अच्छा लग रहा है, बचपन में का ही शौक था आर्मी में जाने का, केवी में पढ़ते थे तब से इसका शौक था कि मैं आर्मी ज्वाइन करूँगी। उसको मैं ये कहूँगा कि बच्चों को पढ़ाना चाहिए, चाहे बेटा हो चाहे बेटियाँ हो, सबको बराबर ही पढ़ाना चाहिए। ये नहीं कि बेटियाँ तो बेटियों को कम पढ़ाएं तो बेटे के ऊपर ज़्यादा ध्यान दें।